आई मिस्टर परमिंदर सिंह, फादर ऑफ अर्शदीप सिंह। अर्शदीप सिंह बहुत ही बढ़िया, नेक और अच्छा लड़का है, और इसने बहुत लाइफ बड़ी अचीवमेंट्स की थी हैं। एसटीएम से अपना डिग्री है, बहुत बढ़िया डिग्री कंप्लीट करके आया। परमात्मा इन खुश रखे, तंदुरुस्ती दे और वाहिगुरु की कृपा ने दोनों बच्चे बहुत रखियाँ गए। जिस दिन से सानू उड़ीक सी वाहिगुरु की कृपा, अज वो दिन आ गया। सानू बहुत खुशी महसूस हो रही है कि अज सारे बच्चे का ब्याह है और परमात्मा बच्चे तंदुरुस्ती दे और दोनों बच्चे बहुत खुश रहे। काले रंग दा परांदा मेरे सजना ले आंदा, नी मैं चुम चुम, नी मैं चुम चुम रख दी फिरा, मैं पप्पा बारे नच दी फिरा, मैं पप्पा बारे नच दी फिरा, मैं पप्पा बारे 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 खुशी विच नचा मेरे नाल, पईयां नच दियां कन्ना विच पाईयां होईयां छोटी भैन अर्श दी। बहुत अर्श दे नाल मेरा इन्ना ज्यादा प्यार है, हालांकि वह मेरे तो वड्डा है, पर फिर भी मैं उन्होंने कुछ ना कुछ गल्ला ना समझाती रहनी हूँ। एक इहदी सब तो मेन गल हुण अजकल जो बहुत ज्यादा है कि इहदा मैनूं राती फोन आंदा या मैसेज आऊगा, हाँ नन्ने की कर रहे हैं, हाँ मैं अगो ये गल बोलती, हाँ जल्दी दस मैं की ऑर्डर करा खा तू। सो दैट्स ऑल कि ओवरऑल ठीक है, वधिया मुंडा, भाभी बहुत वधिया मिल गई है, इहदे तां भाग खुल गया जिहड़े इन्नी वधिया कुड़ी मिल गई है इहनूं। बाकी आई विश देम ऑल द वेरी बेस्ट फॉर देयर मैरिड लाइफ। ਜ਼ਿੰਦਗੀ ਬਿਤਾਉਣੀ ਤੇਰੇ ਨਾਲ ਨੀ, ਆਉਂਦੇ ਨੇ ਅਵੱਲੇ ਹੀ ਖਿਆਲ ਨੀ, ਜ਼ਿੰਦਗੀ ਬਿਤਾਉਣੀ ਤੇਰੇ ਨਾਲ ਨੀ, ਆਉਂਦੇ ਨੇ ਅਵੱਲੇ ਹੀ ਖਿਆਲ ਨੀ। ਦੇਖੀ ਕੁਝ ਮੂੰਹੋਂ ਨਾ ਤੂੰ ਬੋਲ ਪਈ, ਚੰਨ ਤਾਰਿਆਂ ਨੂੰ ਸੋਈ ਜਾਣ ਦੇ, ਖੋਲੀ ਦਰਵਾਜ਼ੇ ਨਾ ਜ਼ੁਬਾਨ ਦੇ, ਅੱਖਾਂ ਨਾਲ ਗੱਲਾਂ ਹੋਈ ਜਾਣ ਦੇ, ਖੋਲੀ ਦਰਵਾਜ਼ੇ ਨਾ ਜ਼ੁਬਾਨ ਦੇ, ਅੱਖਾਂ ਨਾਲ ਗੱਲਾਂ ਹੋਈ ਜਾਣ ਦੇ, ਖੋਲੀ ਦਰਵਾਜ਼ੇ ਨਾ ਜ਼ੁਬਾਨ ਦੇ, ਅੱਖਾਂ ਨਾਲ ਗੱਲਾਂ ਹੋਈ ਜਾਣ ਦੇ। ਵੇਟ ਕਰ ਰਹੇ ਸੀ, ਉਡੀਕ ਕਰ ਰਹੇ ਸੀ, ਜਦੋਂ ਬੱਚਾ ਪੈਦਾ ਹੁੰਦਾ ਹੈ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਹੈ,
ਉਹ ਸਾਡਾ ਸੁਪਨਾ ਅਸੀਂ ਅੱਜ ਦੇਖਿਆ ਕਿ ਆਪਣੇ ਬੱਚੇ ਦੀ ਅਸੀਂ ਮੈਰਿਜ ਕਰ ਰਹੇ ਹਾਂ, ਬੱਚੇ ਦਾ ਵਿਆਹ ਇੰਜੋਏ ਕਰ ਰਹੇ ਹਾਂ, ਅਸੀਂ ਸਾਰੇ ਬਹੁਤ ਖੁਸ਼ ਹਾਂ। ਸਾਡਾ ਬੱਚਾ ਬਹੁਤ ਹੀ ਅੱਛਾ ਔਰ ਨੇਕ ਇਨਸਾਨ ਹੈ, ਬਹੁਤ ਬੜੀਆ ਹੈ, ਇਹ ਬਹੁਤ ਹੀ ਹਰ ਇੱਕ ਦਾ ਬਹੁਤ ਸਤਿਕਾਰ ਕਰਦਾ ਹੈ, ਆਦਰ ਕਰਦਾ ਹੈ, ਸਭ ਦੀ ਇੱਜ਼ਤ ਕਰਦਾ ਔਰ ਬਹੁਤ ਹੀ ਜਲਦੀ ਇਹ ਹਰ ਇੱਕ ਨੂੰ ਆਪਣਾ ਬਣਾ ਲੈਂਦਾ ਹੈ। ਇੱਕ ਵਾਰੀ ਅਸੀਂ ਬਹੁਤ ਛੋਟਾ ਸੀ, ਇਹਨੂੰ ਮੈਂ ਅੰਮ੍ਰਿਤਸਰ ਲੈ ਕੇ ਗਈ, ਅਸੀਂ ਦੋਨੋਂ ਗਏ ਤੇ ਉੱਥੇ ਨੇ ਇਹਨੂੰ ਮੈਂ ਮਨਾ ਕੀਤਾ ਕਿ ਉੱਪਰ ਨਹੀਂ ਜਾਣਾ, ਛੋਟਾ ਜਿਹਾ ਸੀ, ਬਹੁਤ ਛੋਟਾ ਸੀ ਕਿ ਇਹ ਉੱਪਰ ਚਲਾ ਗਿਆ, ਕਾਈਟ ਲੈ ਕੇ ਇਹਨੇ ਮੈਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਤੇ ਇਹ ਉੱਪਰੋਂ ਨੀਚੇ ਗਿਰਿਆ। ਇੱਕ ਤਾਂ ਇਹ ਮੈਨੂੰ ਅੱਜ ਤੱਕ ਨਹੀਂ ਇਹਦਾ ਭੁੱਲਦਾ, ਉਸ ਦਿਨ ਇਹਨੇ ਪੀਲੇ ਕਲਰ ਦੀ ਪਾਈ ਹੋਈ ਸੀ ਟੀ ਸ਼ਰਟ, ਮੈਂ ਇਹਨੂੰ ਉਸ ਤੋਂ ਬਾਅਦ ਕਦੀ ਪੀਲੇ ਕਲਰ ਦੀ ਟੀ ਸ਼ਰਟ ਨਹੀਂ ਪਾ ਦਿੱਤੀ। ਕੱਲ੍ਹ ਅਸੀਂ ਆਪਣੀ ਬੇਟੀ ਨੂੰ ਲੈਣ ਜਾ ਰਹੇ ਹਾਂ, ਉਹਨੂੰ ਵਿਆਹ ਜਾ ਰਹੇ ਹਾਂ, ਲੇਕਿਨ ਉਹ ਸਾਡੇ ਘਰ ਦੀ ਨੂੰਹ ਨਹੀਂ ਬੇਟੀ ਹੋਏਗੀ। ਇਹ ਦਿਨ ਭਾਗਾਂ ਵਾਲਾ ਹੈ, ਕਰਮਾਂ ਵਾਲਾ ਹੈ, ਸਾਡੇ ਬੱਚੇ ਦੋਨੋਂ ਬਹੁਤ ਖੁਸ਼ ਰਹਿਣ, ਅਸੀਂ ਇਹ ਚਾਹੁੰਦੇ ਹਾਂ ਬੱਚੇ ਤਰੱਕੀਆਂ ਕਰਨ, ਪਰਮਾਤਮਾ ਇਹਨਾਂ ਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ। ਹੱਸੀ ਮੱਸੀ ਨਹੀਂ ਮੇਰੇ ਬੱਚਿਆਂ ਦੀ ਜ਼ਿੰਦਗਾਨੀ ਹੈ, ਖਿੜੀ ਰਹੀ ਨਹੀਂ ਨੂਰੋ ਨੂਰ। ਆਈ ਐਮ ਸੋ ਹੈਪੀ ਲੱਕੀ ਅਰਸ਼ਦੀਪ ਮਨੂ ਬਾਏ ਬਾਏ, ਸਰਮੀਤ ਬਾਏ ਬਾਏ। ਮੇਰੇ ਸਾਹਾਂ ਚ ਸਮਾਇਆ ਤੂੰ ਸੁਗੰਧ ਬਣ ਕੇ, ਮੇਰੇ ਸਾਹਾਂ ਚ ਸਮਾਇਆ ਤੂੰ ਸੁਗੰਧ ਬਣ ਕੇ, ਵੇ ਤੂੰ ਵੀੜੀ ਚ ਛਣਕ ਦਾਏ ਵੰਗ ਬਣ ਕੇ, ਵੇ ਤੂੰ ਵੀੜੀ ਚ ਛਣਕ ਦਾਏ ਵੰਗ ਬਣ ਕੇ, ਹਾਏ ਵੇ ਵੰਗ ਬਣ ਕੇ। ਕਾਫੀ ਅੰਡਰਸਟੈਂਡਿੰਗ ਨੇ ਐਕਚੁਅਲੀ, ਸਾਡੇ 'ਚ ਕਾਫੀ ਵਾਰ ਲੜਾਈਆਂ ਲੜੀਆਂ ਹੁੰਦੀਆਂ ਬਿਨਾਂ ਅਨਮੈਚਿਓਰ ਚੀਜ਼ਾਂ ਨੂੰ ਲੈ ਕੇ, ਪਰ ਮੈਕਸੀਮਮ ਟਾਈਮ ਸੰਭਾਲ ਲੈਂਦੇ ਹਨ ਅਤੇ ਵਧੀਆ ਸਾਰਾ ਕੁਛ। ਆਈ ਐਮ ਵੈਰੀ ਹੈਪੀ ਕਿ ਵੀ ਆਰ ਗੈਟਿੰਗ ਮੈਰਿਡ। ਮਾਈ ਨੇਮ ਇਜ਼ ਮਨਪ੍ਰੀਤ ਹਾਂਡਾ ਉਰਫ ਮਨੂ। ਹਾਂਜੀ, ਔਰ ਅਸੀਂ ਜਲਦੀ ਮੈਰਿਜ ਕਰਨ ਜਾ ਰਹੇ ਹਾਂ 16 ਨੂੰ, ਔਰ ਇਹਨਾਂ ਦਾ ਬਹੁਤ ਵਧੀਆ ਨੇਚਰ ਹੈ ਔਰ ਬਹੁਤ ਜ਼ਿਆਦਾ ਸਮਝਦਾਰ ਨੇ ਔਰ ਹਮੇਸ਼ਾ ਮੈਨੂੰ ਸਮਝਾਉਂਦੇ ਰਹਿੰਦੇ ਆ, ਮੈਂ ਹੀ ਲੜਦੀ ਹਾਂ ਔਰ ਹਮੇਸ਼ਾ ਇਹ ਮੈਨੂੰ ਪਿਆਰ ਨਾਲ ਸਮਝਾ ਦਿੰਦੇ ਆ। ਮੈਂ ਸ਼ੋਰਟ ਟੈਂਪਰਡ ਹਾਂ, ਬਟ ਇਹ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾ ਕੇ ਮੈਨੂੰ ਕਾਮ ਡਾਊਨ ਕਰ ਦਿੰਦੇ ਆ ਔਰ ਹਮੇਸ਼ਾ ਮੈਨੂੰ ਫਿਊਚਰ ਦੇ ਲਈ ਕੰਸਰਨ ਕਰਦੇ ਆ, ਸਿਕਿਉਰਿਟੀ ਸੇਫ ਐਂਡ ਸਿਕਿਉਰਿਟੀ ਫੀਲ ਕਰਵਾਉਂਦੇ ਆ ਔਰ ਮੇਰੇ ਖਿਆਲ ਬਹੁਤ ਵਧੀਆ ਲਾਈਫ ਪਾਰਟਨਰ ਨੇ। ਮੈਨੂੰ ਪਤਾ ਇਹ ਸ਼ੋਰਟ ਟੈਂਪਰਡ ਨੇ, ਬਟ ਫਿਰ ਵੀ ਮੈਨੂੰ ਮਨਾਉਣਾ ਵਧੀਆ ਲੱਗਦਾ ਇਹਨਾਂ ਨੂੰ, ਕਿ ਮੈਨੂੰ ਪਤਾ ਇਹਨਾਂ ਨੇ ਗੁੱਸੇ ਹੋਏ ਨੇ ਪਰ ਮੈਨੂੰ ਇੰਨਾ ਪਤਾ ਲੱਗ ਗਿਆ ਕਿ ਇਹਨਾਂ ਨੂੰ ਕਿੱਦਾਂ ਮਨਾ ਲੈਣਾ, ਸਾਰਾ ਕੁਛ ਛੱਡ ਦਾ ਜਾਂ ਮੈਂ ਮਤਲਬ ਸਾਰੇ ਇਕੱਲੇ ਡਿਸੀਜਨ ਮੈਂ ਹੀ ਲਵਾਂ, ਅਸੀਂ ਦੋਨੋਂ ਮਿਲ ਕੇ ਕੋਆਪਰੇਟ ਕਰੀਦਾ। ਬਾਕੀ ਹਜੇ ਮਤਲਬ ਅਸੀਂ ਇੰਨਾ ਪ੍ਰੈਕਟੀਕਲੀ ਨਾਲ ਰਹੇ ਵੀ ਨਹੀਂ ਆ, ਫਿਰ ਵੀ ਸਾਡੇ 'ਚ ਕਾਫੀ ਅੰਡਰਸਟੈਂਡਿੰਗ ਆ। ਆਈ ਹੋਪ ਕਿ ਫਿਊਚਰ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਅੰਡਰਸਟੈਂਡਿੰਗ ਹੋਏਗੀ ਸਾਡੀ ਔਰ ਮੈਨੂੰ ਪਤਾ ਹੈ ਕਿ ਇਹ ਮੈਨੂੰ ਸਮਝਾ ਲੈਂਦੇ ਆ ਹਰ ਗੱਲ, ਬਹੁਤ ਸਾਰੇ ਅਪਸ ਐਂਡ ਡਾਊਨਸ ਆਉਂਦੇ ਆ, ਬਟ ਆਈ ਹੋਪ ਕਿ ਮੈਨੂੰ ਸਮਝਣਗੇ ਅਤੇ ਮੈਂ ਵੀ ਇਹਨਾਂ ਨੂੰ ਸਮਝਾਂਗੀ ਔਰ ਫਿਊਚਰ ਬਹੁਤ ਵਧੀਆ ਹੋਏਗਾ ਔਰ ਸਾਡੀ ਬਹੁਤ ਵਧੀਆ ਮੈਰਿਜ ਲਾਈਫ ਹੋਏਗੀ। ਲਿਖ ਦਿੱਤਾ ਕਾਡਾ ਹੀ ਉੱਤੇ ਨਾਮ ਵੇ, ਲਿਆ ਵੀ ਟੌਰ ਜੀ ਕੜਾ ਕੇ ਤੂੰ ਬਰਾਤ ਨੂੰ, ਹੁਣ ਲੋਕ ਜਿੱਥੇ ਖੜ ਖੜ ਵੇਖਦੇ ਯਾਦਗਾਰ ਜੀ ਬਣਾ ਦੇ ਮੁਲਾਕਾਤ ਨੂੰ, ਯਾਦਗਾਰ ਜੀ ਬਣਾ ਦੇ ਮੁਲਾਕਾਤ ਨੂੰ, ਯਾਦਗਾਰ ਜੀ ਬਣਾ ਦੇ ਮੁਲਾਕਾਤ ਨੂੰ। ਤੇਰੇ ਸਿਰੇ ਨਾਲ ਵੇਖੀ ਮੇਰੇ ਚੂੜੇ ਦੀ ਫੋਟੋ ਜੜਨੀਆਂ ਸੋਹਣਿਆਂ ਫਰੇਮ ਚ, ਵੇ ਤੂੰ ਹੀ ਐ ਪਲੇਅਰ ਮੇਰੇ ਨਾਲ ਦਾ, ਜ਼ਿੰਦਗੀ ਦੀ ਸੋਹਣੀ ਇਸ ਗੇਮ ਚ, ਮੈਂ ਵੀ ਰੱਬ ਦਾ ਕਰੂੰਗੀ ਸ਼ੁਕਰਾਨਾ ਵੇ, ਸੱਚੀ ਰੱਬ ਦਾ ਕਰੂੰਗੀ ਸ਼ੁਕਰਾਨਾ ਵੇ, ਤੇਰਾ ਜ਼ਿੰਦਗੀ ਚ ਮਿਲੇ ਹੋਏ ਸਾਥ ਨੂੰ, ਹਾਲ ਲਿਖ ਦਿੱਤਾ ਕਰਦਾ ਹਿੱਸੇ ਨਾਮ ਵੇ, ਨਿੰਦਿਆ ਵੀ ਟੋਰ ਦੀ ਕਰਾ ਕੇ ਤੂੰ ਬਰਾਤ ਨੂੰ।
ਪਰਮਿੰਦਰ ਸਿੰਘ ਬਾਬਾ ਮੇਰਾ ਬੇਟਾ ਅਰਸ਼ਦੀਪ ਬਾਬਾ ਬਹੁਤ ਹੀ ਅੱਛਾ ਅਤੇ ਲਾਇਕ ਬੱਚਾ ਮੇਰਾ ਹੈਗਾ ਮੈਂ ਦਾਦੇ ਹੁੰਦੇ ਨਾਤੇ ਇਹਨੂੰ ਇਹਨੇ ਮੇਰੇ ਕੋਲੋਂ ਬੜੀ ਸੇਵਾ ਕਰਾਈ ਹੈ ਉਹ ਬਹੁਤ ਹੀ ਅੱਛਾ ਮੈਨੂੰ ਸੰਭਾਲਿਆ ਅਤੇ ਮੇਰੀ ਨੇ ਇਕੱਲਾ ਮਨ ਨਾ ਮੰਨਿਆ ਸਾਨੂੰ ਨਾ ਸਾਡਾ ਚਮਕਾ ਰਿਹਾ ਇਸ ਵੇਲੇ ਹੋਟਲ ਮੈਨੇਜਮੈਂਟ ਦਾ ਕੋਰਸ 3 ਸਾਲ ਦਾ ਕਰਕੇ ਬਾਹਰੋਂ ਆਇਆ ਜਰਮਨੀ ਤੋਂ ਆਇਆ ਕਰਕੇ ਹੁਣ ਇਸ ਵੇਲੇ ਕਿ ਇੱਥੇ ਜੈਪੁਰ ਵਿੱਚ 5-star ਹੋਟਲ ਸਰਵਿਸ ਕਰ ਰਿਹਾ ਬਹੁਤ ਹੀ ਅੱਛਾ ਬੰਦਾ ਹੈ ਔਰ ਇਹ ਕਾਬਲਿਅਤ ਬਾਹਰ ਬੰਦਾ ਹੈ ਇਹ ਹਰ ਇੱਕ ਨੂੰ ਅੱਛਾ ਅਤੇ ਦਿਲ ਮੋਹਣ ਵਾਲਾ ਬੱਚਾ ਹੈ ਹਰ ਇੱਕ ਆਪਣਾ ਦਿਲ ਮੋਹ ਲੈਂਦਾ ਇਹਨਾਂ ਨੂੰ ਵਿਨ ਓਵਰ ਕਰ ਲੈਂਦਾ ਖਾਲੇ ਪਾਸੇ ਹਰ ਇੱਕ ਜੀ ਅਤੇ ਇਹ ਬੱਚਾ ਕਾਬਲ ਲੈ ਕੇ ਬਹੁਤ ਤਰੱਕੀ ਕਰੇਗਾ ਪਰ ਮਾਤਾ ਇਹਨੂੰ ਉਹਨੂੰ ਕਾਮਯਾਬੀ ਬਖਸ਼ੇ ਇਹ ਤਾਂ ਹੋਰ ਤਾਂ ਤਰੱਕੀ ਜਾਵੇ ਔਰ ਇਹਨੇ ਪੜ੍ਹਾਈ ਵਾਸਤੇ ਫਿਰ ਬਾਹਰ ਜਾਣਾ ਫਿਰਦਾ ਇਹਨੇ ਫਿਰ ਬਾਹਰ ਜਾਏਗਾ ਜਿੱਥੇ ਵੀ ਜਾਵੇ ਵਧੇ ਫੁਲੇ ਨਾਲ ਆਪਣੇ ਘਰਦਿਆਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਅੱਜ ਸ਼ਾਦੀ ਹੋਣ ਜਾ ਰਹੀ ਹੈ ਉੱਥੇ ਜਾ ਕੇ ਨਾਲ ਲੈ ਕੇ ਦੋਵੇਂ ਜੀ ਕਾਮਯਾਬ ਹੋਣ ਅਤੇ ਖੁਸ਼ੀਆਂ ਬਖਸ਼ਣ ਜਦੋਂ ਬਣ ਕੇ ਮਲੰਗ ਜੱਟੀ ਨੱਚਦੀ ਆ ਬਣ ਕੇ ਮਲੰਗ ਜੱਟੀ ਨੱਚਦੀ ਆ ਸੌਂ ਲੱਗੇ ਵੀਰੇ ਵੜਾ ਓਏ 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 ਸੌਂ ਲੱਗੇ ਵੀਰੇ ਵੜਾ ਆਏ 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 ਸੌਂ ਲੱਗੇ ਵੀਰੇ ਵੜਾ ਜੱਚਦੀ ਆ ਬੀਣੀ ਪਾਈ ਵੰਗ ਉਹਦੇ ਕੱਚਦੀ ਆ ਬੀਣੀ ਪਾਈ ਵੰਗ ਉਹਦੇ ਕੱਚਦੀ ਆ ਸੌਂ ਲੱਗੇ ਵੀਰੇ ਵੜਾ ਓਏ 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 ਸੌਂ ਲੱਗੇ ਵੀਰੇ ਵੜਾ ਆਏ 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 ਸੌਂ ਲੱਗੇ ਵੀਰੇ ਵੜਾ ਜੱਚਦੀ ਆ ਰੱਖ ਲੈਂਦੀ ਨੀ ਸਾਡੇ ਖੇਡਣ ਦੇ ਦਿਨ ਥੋੜੇ ਉੱਥੇ ਟੁਰ ਚੱਲੀ ਜਿੱਥੇ ਸਾਕ ਸੰਜੋਗਾਂ ਜੋੜੇ ਹੋ ਨੀ ਮਾਏ ਰੱਖ ਲੈਂਦੀ ਨੀ ਸਾਡੇ ਖੇਡਣ ਦੇ ਦਿਨ ਥੋੜੇ